ਲੰਘੇ ਵੀਰਵਾਰ ਓਂਟਾਰੀਓ ਦੇ ਠੰਡਵੇ ਤੇ ਹਾਈਵੇ 1117 ਵੇਸਟ ਹਾਈਵੇ 102 ਦੇ ਲਾਗੇ ਹੋਏ ਭਿਆਨਕ ਟਰੱਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਦੀ ਖਬਰ ਮਿਲੀ ਹੈ। ਇਹਨਾਂ ਵਿੱਚ 2 ਪੰਜਾਬ ਨਾਲ ਸੰਬੰਧਿਤ ਅੰਤਰਰਾਸ਼ਟਰੀ ਵਿਦਿਆਰਥੀ ਕਰਮਵੀਰ ਸਿੰਘ ਕਾਹਲੋਂ ਅਤੇ ਗੁਰਪ੍ਰੀਤ ਸਿੰਘ ਜੌਹਲ ਨੇ। ਦੋਵੇਂ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਨ। ਇੱਕ ਨੌਜਵਾਨ ਅਜਨਾਲਾ ਦੇ ਕਰੀਬ ਪਿੰਡ ਗ੍ਰੰਥਗੜ੍ਹ ਅਤੇ ਦੂਜਾ ਵਡਾਲਾ ਜਹੋਲਾ ਸੀ। ਹਾਦਸਾ ਬੇਹੱਦ ਭਿਆਨਕ ਸੀ, ਇਸ ਕਰਕੇ 4 ਜਣਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ 2 ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਦ ਇਹ ਕੈਨੇਡਾ ਦੇ ਖਰਾਬ ਬਰਫੀਲੇ ਮੌਸਮ ਦੇ ਦੌਰਾਨ ਵੱਡੀ ਗਿਣਤੀ ਵਿੱਚ ਹਾਦਸੇ ਵਾਪਰਦੇ ਰਹਿੰਦੇ ਨੇ, ਜਿਨ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਮਨੁੱਖੀ ਜ਼ਿੰਦਗੀਆਂ ਦਾ ਘਾਟਾ ਪੈਂਦਾ। ਬਿਊਰੋ ਰਿਪੋਰਟ, ਆਵਾਜ਼ੀ ਕਮਟੀ ਦੀ।